ਅਸੀਂ ਬੇਰ ਸਾਹਿਬ ਗੁਰਦੁਆਰੇ ਸੁਲਤਾਨਪੁਰ ਲੋਧੀ ਦੇ ਵਿੱਚ ਖੜੇ ਆ ਜਿੱਥੇ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੀ ਮੌਜੂਦਾ ਸਰਕਾਰਾ ਹੈਗੀਆਂ ਉਹਨਾਂ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸੀ ਜਿਹੜੇ 8 ਤਰੀਕ ਨੂੰ ਹੈਗੇ ਯਾਨੀ ਕਿ ਅੱਜ ਜਿਹੜੇ ਧਾਰਮਿਕ ਸਥਾਨਾਂ ਖੋਲ ਦਿੱਤੇ ਜਾਣਗੇ ਤੁਸੀਂ ਦੇਖ ਸਕਦੇ ਹੋ ਜਿਹੜੀ ਗੁਰਦੁਆਰੇ ਦੇ ਵਿੱਚ ਆਮਤ ਹੈਗੀ ਸੰਗਤ ਦੀ ਉਹ ਹਾਲੀ ਬਹੁਤ ਘੱਟ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਸ਼ਰਧਾਲੂ ਹੈਗੇ ਜਿਹੜੇ ਇੱਥੇ ਨਤਮਸਤਕ ਹੋਣ ਆਏ ਆ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ 20 ਲੋਕਾਂ ਤੋਂ ਵੀ ਜਿਹੜੇ 20 ਲੋਕ ਜਿਹੜੇ ਹੈਗੇ ਇੱਥੇ ਮੱਥਾ ਟੇਕਣ ਆਏ ਆ ਅਸੀਂ ਜਿਹੜੀ ਸੰਗਤ ਹੈਗੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਪ੍ਰਸ਼ਾਸਨ ਵੱਲੋਂ ਕੁਝ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਜਿਹੜੇ ਗੁਰਦੁਆਰੇ ਜਾਂ ਕੋਈ ਧਾਰਮਿਕ ਸਥਾਨ ਹੈ ਜਿਹੜੇ ਖੁੱਲੇ ਗਏ ਆ ਉਹਨਾਂ ਲਈ ਉਹਦੇ ਵਿੱਚ 20 20 ਜਿਹੜੇ ਸ਼ਰਧਾਲੂ ਜਾਣਗੇ ਮੱਥਾ ਟੇਕਣਗੇ ਜਦ ਤੱਕ 20 ਸ਼ਰਧਾਲੂ ਬਾਹਰ ਨਹੀਂ ਆਉਂਦੇ ਤੇ ਅੱਗੇ ਸ਼ਰਧਾਲੂ ਨਹੀਂ ਜਾਊਗਾ ਨਾ ਕਿ ਨਾ ਹੀ ਕੋਈ ਮੰਦਰ ਦੇ ਵਿੱਚ ਪ੍ਰਸ਼ਾਦ ਮਿਲੇਗਾ ਨਾ ਆ ਉਹ ਇੱਥੇ ਆਈ ਹੈ ਕਿੱਦਾਂ ਦਾ ਲੱਗ ਰਿਹਾ ਕਿੰਨੀ ਦੇਰ ਬਾਅਦ ਆ ਰਹੀ ਆ ਤੇ ਅਸੀਂ ਸ਼ਰਧਾਲੂਆਂ ਨਾਲ ਵੀ ਗੱਲਬਾਤ ਕਰ ਰਹੇ ਆ ਮੈਂ ਆਪਣੇ ਕੈਮਰਾਮੈਨ ਨੂੰ ਦਿਖਾਵਾਂ ਕਹਾਂਗਾ ਕਿ ਉਹ ਦਖਾਨ ਕੀ ਸ਼ਰਧਾਲੂ ਇੱਥੇ ਜਿਹੜੇ ਹੈਗੇ ਆ ਗੁਰਦੁਆਰੇ ਪਹੁੰਚ ਚੁੱਕੇ ਹੈਗੇ ਆ ਆਪਣੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਆ ਅਸੀਂ ਗੱਲਬਾਤ ਕਰ ਰਹੇ ਆ ਸ਼ਰਧਾਲੂਆਂ ਨਾਲ ਉਹਨਾਂ ਦਾ ਕੀ ਕਹਿਣਾ ਹੈਗਾ ਕਿੰਨੀ ਦੇਰ ਬਾਅਦ ਇੱਥੇ ਗੁਰਦੁਆਰੇ ਪਹੁੰਚੇ ਆ ਅਰਦਾਸ ਕਰਮ ਵਾਸਤੇ ਉਹ ਗੱਲਬਾਤ ਕਰ ਰਿਹਾ ਸਰ ਕੀ ਨਾਮ ਹੈ ਤੁਹਾਡਾ ਦਲੀਪ ਸਿੰਘ ਕਿੱਥੋਂ ਆਏ ਤੁਸੀਂ ਸੁਲਤਾਨਪੁਰ ਲੋਧੀ ਲੋਕਲ ਕਿੰਨੀ देर ਬਾਅਦ ਆਏ ਤੁਸੀਂ ਗੁਰਦੁਆਰੇ ਅਸੀਂ ਲੋਕਡਾਊਨ ਤੋਂ ਪਹਿਲਾਂ ਦੇ ਆਏ ਹਾਂ ਜੀ ਕੀ ਸੋਚਦੇ ਪਏ ਸੀ ਲੋਕਡਾਊਨ ਦੇ ਦੌਰਾਨ ਤੁਸੀਂ ਅਸੀਂ ਕਿਹਾ ਸੀ ਲੋਕਡਾਊਨ ਖੁੱਲੇ ਤੇ ਅਸੀਂ ਬਾਬਾ ਜੀ ਗਨਾਰਦੇਵ ਜੀ ਦਰਸ਼ਨ ਕਰੀਏ ਬੀਰ ਸਾਹਿਬ ਦੇ ਦਰਸ਼ਨ ਕਰੀਏ ਅੱਥੇ ਆ ਕੇ ਮਨ ਨੂੰ ਬਹੁਤ ਵਧੀਆ ਲੱਗਾ ਬਹੁਤ ਸਕੂਨ ਮਿਲਿਆ ਮਹਾਰਾਜ ਦਾ ਨਾਮ ਸੁਣ ਕੇ ਮੈਨੂੰ ਤੁਹਾਡਾ ਕੀ ਕਹਿਣਾ ਹਾਂ ਹਾਂ ਜੀ ਗੁਰਦੁਆਰੇ ਆਣ ਕੇ ਸਾਨੂੰ ਬਹੁਤ ਵਧੀਆ ਲੱਗਾ ਸੰਤਾਂ ਨੂੰ ਦੇਖ ਕੇ ਗੁਰੂ ਘਰ ਆਣ ਕੇ ਬਹੁਤ ਸਕੂਨ ਮਿਲਦਾ ਦਿਲ ਨੂੰ ਲੌਕਡਾਊਨ ਦੇ ਦੌਰਾਨ ਇਹ ਤਾਂ ਦੁਆ ਪ੍ਰਾਰਥਨਾ ਕਰਦੇ ਹੀ ਹੁਣੇ ਕਿ ਲੌਕਡਾਊਨ ਜਲਦੀ ਖਤਮ ਹੋਏ ਜਿਹੜੇ ਗੁਰਦੁਆਰੇ ਖੁੱਲਣ ਹਾਂਜੀ ਪ੍ਰਾਰਥਨਾ ਕਰੀ ਦੀ ਸਭ ਲੋਕਾਂ ਨੂੰ ਬਾਬਾ ਜੀ ਮੇਰ ਪਰ ਹੱਥ ਰੱਖਣ ਤੰਦਰੁਸਤੀਆਂ ਬਖਸ਼ਣ ਇਸੇ ਤਰ੍ਹਾਂ ਗੁਰਦੁਆਰੇ ਆਉਂਦੇ ਰਹਿਣ ਤੇ ਮੱਥਾ ਟੇਕਦੇ ਰਹਿਣ ਮਾਨ ਦੀਆਂ ਮਰਜ਼ੀਆਂ ਪੂਰੀਆਂ ਕਰਨ ਇਸ ਵੀ ਸੰਗਤਾਂ ਰਹਿੰਦੀਆਂ ਉਹਨਾਂ ਤੇ ਮਾਰੇ ਮੇਰ ਕਰਿਆ ਫਰਿਆਤ ਰੱਖੀ ਉਹ ਵੀ ਆ ਕੇ ਦਰਸ਼ਨ ਦਦਾਰੇ ਕਰਨ ਐਸੀ ਸ਼ਤਾਲੂ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਆਸਥਾ ਸੀ ਗੁਰਦੁਆਰੇ ਨਾਲ ਜੁੜੀ ਪਈ ਸੀ ਇਹ ਜਿਹੜੇ ਲਾਕਡਾਊਨ ਦੇ ਦੌਰਾਨ ਇਹ ਹੀ ਦੁਆ ਕਰ ਰਹੇ ਸੀ ਕਿ ਜਲਦੀ ਜਿਹੜਾ ਲਾਕਡਾਊਨ ਖੁੱਲੇ ਉਹ ਗੁਰਦੁਆਰੇ ਆ ਕੇ ਨਤਮਸਤਕ ਹੋਣ ਔਰ ਆਪਣੀ ਜਿਹੜੀ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਜਾਵੇ ਤਾਂ ਦੱਸਦੇ ਆ ਕਿ ਜਿਹੜੀ ਇਹ ਪ੍ਰਸ਼ਾਸਨ ਵੱਲੋਂ ਹਿਦਾਇਤਾਂ ਆਈਆਂ ਹਿਦਾਇਤਾਂ ਇਹ ਆਈਆਂ ਕਿ ਜਿਹੜੇ ਮੰਦਰ ਯਾ ਇਤਿਹਾਸਿਕ ਅ ਜਗ੍ਹਾ ਹੈਗੀਆਂ ਉੱਤੇ ਸਿਰਫ 20 ਦੇ ਜਿਹੜੇ ਸ਼ਰਧਾਲੂ ਹੈਗੇ ਅੰਦਰ ਮਸਤ ਰਿਕਨ ਜਾਣਗੇ ਨਤਮਸਤਕ ਹੋਣਗੇ ਜਦ ਤੱਕ 20 ਸ਼ਰਧਾਲੂ ਜਿਹੜੇ ਹੈਗੇ ਬਾਹਰ ਨਹੀਂ ਆਂਦੇ ਉਹ ਤੱਕ ਅੱਗੇ ਨਹੀਂ ਜਾਏਗੇ ਨਾ ਹੀ ਗੁਰਦੁਆਰੇ ਦੀ ਜਾਂ ਮੰਦਰ ਦੇ ਵਿੱਚ ਕੋਈ ਆਰਤੀ ਹੋਏਗੀ ਨਾ ਹੀ ਕੋਈ ਪ੍ਰਸ਼ਾਦ ਮਿਲੇਗਾ ਅ ਅਸੀਂ ਤੁਹਾਨੂੰ ਦੱਸ ਦਈਏ ਕਿ ਗੁਰਦੁਆਰੇ ਜਾਂ ਧਾਰਮਿਕ ਜਗ੍ਹਾ ਦੇ ਉੱਤੇ ਤੁਸੀਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਓ ਉਹ ਨਾਲ ਹੀ ਇਹ ਵੀ ਪ੍ਰਾਰਥਨਾ ਕਰੋ ਕਿ ਜਿਹੜੀ ਕਰੋਨਾ ਵਰਗੀ ਭਿਆਨਕ ਬਿਮਾਰੀ ਹੈ ਸਾਡੇ ਜਿਹੜੇ ਮੁਲਕ ਤੋਂ ਜਲਦੀ ਮੁਕਤ ਹੋਵੇ ਸਾਡੇ ਨਾਲ ਗਾਇਸ ਟਾਈਮ ਗੱਲਬਾਤ ਕਰਨ ਲਈ ਮੌਜੂਦ ਹੈ ਬੇਰ ਸਾਹਿਬ ਦੇ ਗੁਰਦੁਆਰੇ ਦੇ ਚੇ ਅੱਜ ਸੂਬੇ ਦੀ ਸਰਕਾਰ ਵੱਲੋਂ ਜਿਹੜੇ ਧਾਰਮਿਕ ਸਥਾਨ ਖੋਲ ਦਿੱਤੇ ਗਏ ਜਿਹੜੀ ਸੰਗਤ ਆ ਰਹੀ ਉਹਨਾਂ ਨੂੰ ਕਿੱਦਾਂ ਧਿਆਨ ਚ ਰੱਖਿਆ ਜਾ ਰਿਹਾ ਕਿੱਦਾਂ ਮੱਥਾ ਟੇਕ ਸਕਦੇ ਕੀ ਕੀ ਸੰਗਤ ਨੂੰ ਸਿਖਾਇਆ ਜਾ ਰਿਹਾ ਕਿੱਦਾਂ ਮੱਥਾ ਟੇਕਣਾ ਕਿੱਦਾਂ ਕਿੰਨੀ ਦੇਰ ਤੂੰ ਅੰਦਰ ਪਾਠ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸਿਕ ਗੁਰਦਰਾ ਗੁਰਦਰਾ ਸ੍ਰੀ 베ਰ ਸਾਹਿਬ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਹ ਚਰਨ ਛੋਹ ਪ੍ਰਾਪਤ ਧਰਤੀ ਏ ਸ੍ਰੀ ਗੁਰੂ ਨਾਨਕ ਦੇਵ ਜੀ ਇਥੇ 14 ਸਾਲ 9 ਮਹੀਨੇ 13 ਦਿਨ ਜਿਹੜੇ ਨੇ ਉਹਨਾਂ ਨੇ ਇਥੇ ਤਪੱਸਿਆ ਕੀਤੀ ਤੇ ਇਸ ਸਥਾਨ ਤੇ ਰਹੇ। ਇਹ ਸਥਾਨ ਹੈ ਜਿਹੜਾ ਬਹੁਤ ਪਵਿੱਤਰ ਔਰ ਇਤਿਹਾਸਕ ਸਥਾਨ ਹੈ। ਇਥੇ ਜਿਸ ਦਿਨ ਤੋਂ 22 ਮਾਰਚ ਤੋਂ ਜੋ ਇੱਕ ਮਹਾਮਾਰੀ ਕਰੋਨਾ ਵਾਇਰਸ ਹੈ ਜਿਹੜਾ ਵਿਸ਼ਵ ਦੇ ਵਿੱਚ ਫੈਲਿਆ ਵਿਸ਼ਵ ਦੇ ਵਿੱਚ ਉਹਨੇ ਤਬਾਹੀ ਮਚਾਈ ਹੋਈ ਹੈ। ਉਸ ਦਿਨ ਤੋਂ 22 ਮਾਰਚ ਤੋਂ ਲੈ ਕੇ ਅੱਜ ਤੱਕ ਜੋ ਸਰਕਾਰ ਨੇ ਇਹ ਜਿਵੇਂ कर्फ्यू ਲਗਾ ਦਿੱਤੇ ਹੀ ਫਿਰ ਲੋਕਡਾਊਨ ਕੀਤਾ ਉਹਦੀਆਂ ਕੁਝ ਜਿਹੜੀਆਂ ਉਹ ਸ਼ਰਤਾਂ ਰੱਖੀਆਂ ਸੀ ਤੇ ਕੁਝ ਦੇ ਨੇ ਜਿਹੜੇ ਉਹ ਸੰਗਤ ਦੇ ਕੁਝ ਆਮਦ ਸਾਡੇ ਘੱਡੀ ਸੀ ਤੇ ਗੁਰੂ ਨਾਨਕ ਦੀ ਕਿਰਪਾ ਹੋਈ ਕਿ ਕੋਈ ਸੰਗਤ ਜਿਹੜੀ ਕਾਫੀ ਸਮੇਂ ਤੋਂ ਲਗਾਤਾਰ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਹੀ ਏ ਅੱਜ ਜਿਹੜਾ ਇਹ ਉਹ ਗੁਰਦੁਆਰਾ ਸਾਹਿਬ ਦਾ ਉਹਨਾਂ ਨੇ ਸਰਕਾਰ ਨੇ ਐਲਾਨ ਕੀਤਾ ਵੀ ਅਸੀਂ ਜਿਹੜੇ ਉਹ ਗੁਰਦੁਆਰਾ ਸਾਹਿਬ ਖੋਲਦੇ ਹਾਂ ਧਾਰਮਿਕ ਸਥਾਨ ਪਰ ਉਹਨਾਂ ਨੇ ਜਿਹੜਾ ਕੁਝ ਨਾਲ ਸ਼ਰਤਾਂ ਵੀ ਰੱਖੀਆਂ ਆ ਤੇ ਗੁਰੂ ਨਾਨਕ ਦਾ ਦਰ ਜਾਂ ਗੁਰੂਆਂ ਦੇ ਦਰ ਐਸੋ ਜੇ ਨੇ ਵੀ ਜਿੱਥੇ ਆਣ ਕੇ ਸੰਗਤ ਨੂੰ ਜਿੰਨੇ ਜਿੱਥੇ ਆਣ ਕੇ ਪਹਿਲਾਂ ਹੀ ਸੰਗਤ ਜਿਹੜੀ ਉਹ ਆਪਦਾ ਬੇਨਤੀ ਕਰਦੀ ਏ ਤੇ ਖੁਸ਼ੀਆਂ ਪ੍ਰਾਪਤ ਕਰਦੀ ਉੱਥੇ ਦਾ ਸੰਗਤ ਨੂੰ ਹੋਣਾ ਹੀ ਕੀ ਏ ਇਸ ਕਰਕੇ ਅੱਜ ਕੁਛ ਸਾਡੇ ਵੱਲੋਂ ਵੀ ਜਿਹੜਾ ਉਹ ਧਿਆਨ ਜਿਹੜਾ ਇਹਦਾ ਲੋਕਡਾਊਨ ਦੇ ਦੌਰਾਨ ਜਿਹੜਾ ਰੱਖਿਆ ਜਾਏਗਾ ਜਿਵੇਂ ਕਿ ਅਸੀਂ ਗੇਟ ਤੇ 메ਨ ਗੇਟ ਤੇ ਸੈਨੇਟਾਈਜ਼ਰ ਪਹਿਲਾਂ ਹੀ ਰੱਖਿਆ ਹੋਰ ਸੈਨੇਟਾਈਜ਼ਰ ਦਾ ਪ੍ਰਬੰਧ ਕਰ ਦਿਆਂਗੇ ਹੋਰ ਜਿਹੜੇ ਅੰਦਰ ਸੇਵਾਦਾਰ ਨੇ ਉਹਨਾਂ ਦੀ ਇੱਕ ਤੋਂ ਉਹਦੀ ਗਿਣਤੀ ਵਧਾ ਦਿੱਤੀ ਗਈ ਏ ਵੀ ਜਿਸ ਤਰ੍ਹਾਂ ਕਿ ਅੰਦਰ ਜੇ ਸੰਗਤ ਜ਼ਿਆਦੀ ਆਉਂਦੀ ਤੇ ਉਹਨਾਂ ਨੂੰ ਯਾਨੀ ਕਿ ਜਿਹੜੀ ਸੋਸ਼ਲ ਡਿਸਟੈਂਸ ਦੀ ਜਿਹੜੀ ਉਹਦੀ ਉਹ ਰੱਖੀ ਜਾਵੇ ਖਿਆਲ ਰੱਖਿਆ ਜਾਵੇ ਤੇ ਉਹਨਾਂ ਨੂੰ ਜਿਹੜਾ ਹੈ ਵੀ ਅੰਦਰ ਬੈਠਣ ਦੀ ਜਿਹੜੀ ਉਹ ਨਹੀਂ ਕੋਈ ਸੰਗਤ ਬੈਠੇ ਜਿੰਨਾ ਸੋਸ਼ਲ ਡਿਸਟੈਂਸ ਦੇ ਹਿਸਾਬ ਨਾਲ ਬੈਠ ਸਕਦੀ ਏ ਬਾਕੀ ਸੰਗਤ ਨੂੰ ਇਹ ਜਿਹੜੀ ਉਹ ਬੇਨਤੀ ਕਰਕੇ ਪ੍ਰੇਰਣਾ ਕਰਕੇ ਤੇ ਜਿਹੜਾ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਜ਼ਿਆਦਾ ਜਿਹੜੀ ਸੰਗਤ ਅੰਦਰ ਜਿਹੜੀ ਉਹ ਜਮਾ ਨਾ ਹੋਵੇ ਇਸ ਕਰਕੇ ਇਹਦਾ ਜਿਹੜਾ ਸਰਕਾਰ ਨੇ ਚਲੋ ਇਹ ਜਿਹੜੀ ਮਹਾਮਾਰੀ ਫੈਲੀ ਹੈ ਇਹਦਾ ਵੀ ਜਿਹੜਾ ਉਹ ਧਿਆਨ ਜਿਹੜਾ ਖਿਆਲ ਇਹ ਰੱਖਣਾ ਪਊਗਾ ਕਿਉਂਕਿ ਜੇ ਮਹਾਮਾਰੀ ਫੈਲੀ ਹੈ ਤੇ ਜੋ ਇਹ ਹੋ ਰਿਹਾ ਸਰਕਾਰਾਂ ਕਰ ਰਹੀਆਂ ਇਹ ਸੰਕਟ ਦੇ ਜਿਹੜਾ ਇਹ ਉਹ ਸੰਗਤ ਲਈ ਕਰ ਰਹੀਆਂ ਲੋਕਾਂ ਲਈ ਕਰ ਰਹੀਆਂ ਵੀ ਜੇ ਇਹਨਾਂ ਨੂੰ ਕੋਈ ਆਪਣੇ ਜ਼ਿਆਦਾ ਫੈਲਦੀ ਤੇ ਫਿਰ ਇਹਦੀ ਪ੍ਰੋਬਲਮ ਬਹੁਤ ਜ਼ਿਆਦਾ ਆਏਗੀ ਇਸ ਕਰਕੇ ਜਿਹੜਾ ਇਹਦਾ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਜਿਹੜਾ ਪੂਰਾ ਇਹਦਾ ਜਿਹੜਾ ਉਹ ਖਿਆਲ ਰੱਖਿਆ ਜਾਏਗਾ ਸੋਸ਼ਲ ਡਿਸਟੈਂਸ ਦਾ ਰੱਖਿਆ ਜਾਊਗਾ ਔਰ ਸੈਨੀਟਾਈਜ਼ਰ ਦਾ ਰੱਖਿਆ ਜਾਊਗਾ ਬਾਹਰ ਜਿਹੜੇ ਸਾਡੇ ਵਾਸ਼ਵੇਸ਼ ਨੇ ਉਹਨਾਂ ਤੇ ਅਸੀਂ ਜਿਹੜਾ ਉਹ ਪਹਿਲਾਂ ਹੀ ਜਿਹੜਾ ਉਹ ਸਾਬਣ ਦਾ ਪ੍ਰਬੰਧ ਕੀਤਾ ਹੈ ਹੋਰ ਜਿਹੜਾ ਉਹ ਵੱਡੀ ਪੱਧਰ ਤੇ ਅਸੀਂ ਜਿਵੇਂ ਜਿਵੇਂ ਸੰਗਤ ਦੀ ਆਮਦ ਵਧੇਗੀ ਓਵੇਂ ਓਵੇਂ ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਜਿਹੜੇ ਉਹ ਨਿਰੰਤਰ ਅਸੀਂ ਜਿਹੜੇ ਉਹ ਵਾਤੋ ਵਾਤ ਜਿਹੜੇ ਉਹ ਜਾਰੀ ਰੱਖਾਂਗੇ ਔਰ ਡਿਸਟੈਂਸ ਦਾ ਔਰ ਸੈਨੀਟਾਈਜ਼ਰ ਦਾ ਜਿਹੜਾ ਉਹ ਅਸੀਂ ਪੂਰਾ ਕੋਸ਼ਿਸ਼ ਕਰਾਂਗੇ ਕਿ ਖਿਆਲ ਰੱਖਿਆ ਜਾਏ ਔਰ ਸੰਗਤਾਂ ਨੂੰ ਬੇਨਤੀ ਇਹ ਵੀ ਇਹ ਸੰਗਤਾਂ ਵੀ ਜਿਹੜੀਆਂ ਨੇ ਆਪ ਦਾ ਖਿਆਲ ਰੱਖਣ ਔਰ ਜਿਵੇਂ ਗੁਰਦਰਾ ਸਾਹਿਬ ਆਉਣਾ ਹੈ ਜਦੋਂ ਉਦੋਂ ਜਿਹੜਾ ਇਹੋ ਗੁਰਦਰਾ ਸਾਹਿਬ ਦੇ ਸੇਵਾਦਾਰ ਸਾਡੇ ਜਾਂ ਜੇ ਕੋਈ ਬੇਨਤੀ ਕਰਦੇ ਨੇ ਤੇ ਉਹ ਵੀ ਉਹਨਾਂ ਦੀ ਪਾਲਣਾ ਕਰਨ ਜਿਵੇਂ ਬਾਹਰ ਗੇਟ ਤੋਂ ਹੱਥ ਜਿਹੜਾ ਹੈ ਉਹ ਸਾਬਣ ਰੱਖਿਆ ਵਾਸ਼ਵੇਸ਼ਨ ਉੱਥੋਂ ਚੰਗੀ ਤਰ੍ਹਾਂ ਹੱਥ ਸਾਫ਼ ਕਰਕੇ ਤੇ ਜਿਹੜਾ ਉਹ ਅੰਦਰ ਆਉਣ ਅੰਦਰ ਵੀ ਜਿਹੜਾ ਗੁਰਦਰਾ ਸਾਹਿਬ ਤੋਂ ਜਿਵੇਂ ਪ੍ਰਸ਼ਾਦ ਲੈਂਦੇ ਉੱਥੇ ਵੀ ਅਸੀਂ ਵਾਸ਼ਵੇਸ਼ਨ ਹੈ ਉੱਥੇ ਵੀ ਸਾਬਣ ਰੱਖਿਆ ਹੈ ਚਲੋ ਸੰਗਤ ਦੀ ਸੰਗਤ ਨੂੰ ਅਪੀਲ ਹੈ ਔਰ ਬੇਨਤੀ ਹੈ ਵੀ ਸੰਗਤ ਵੀ ਜਿਹੜਾ ਇਹਦਾ ਹੈ ਪੂਰਾ ਖਿਆਲ ਰੱਖੇ ਕਿਉਂਕਿ ਸਹਿਯੋਗ ਦੇ ਨਾਲ ਹੀ ਜਿਹੜਾ ਹੈ ਉਹ ਸਹਿਯੋਗ ਹੈ ਨਜ਼ਰੀ ਜਿੱਦਾਂ ਤੁਸੀਂ ਦੱਸਿਆ ਲੰਗਰ ਹਾਲ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਜਿਹੜੀ ਸੰਗਤ ਲੰਗਰ ਖਾਂ ਜਾਂ ਰਹੀ ਹੈ ਜਾਂ ਜਿਹੜੇ ਸੇਵਾਦਾਰ ਲੰਗਰ ਵਰਤਾ ਰਹੇ ਆ ਉਹਨਾਂ ਨੂੰ ਕੀ ਹਦਾਇਤਾਂ ਦਿੱਤੀਆਂ ਹੋਣਗੀਆਂ ਉਹਨਾਂ ਨੂੰ ਜਿਹੜੇ ਲੰਗਰ ਸਾਡੇ ਸੇਵਾਦਾਰ ਉੱਥੇ ਵਰਤਾ ਰਹੇ ਨੇ ਜਾਂ ਉੱਥੇ ਸੇਵਾ ਕਰ ਰਹੇ ਨੇ ਸੇਵਾਦਾਰ ਬਹੁਤ ਸੇਵਾ ਮਿਕਦਾਰ ਵੱਡੀ ਮਿਕਦਾਰ ਚ ਕਰਨਾ ਆਉਂਦੇ ਨੇ ਉਹਨਾਂ ਨੂੰ ਜਿਹੜਾ ਇਹੀ ਹੈ ਵੀ ਉੱਥੇ ਸੋਸ਼ਲ ਡਿਸਟੈਂਸ ਦਾ ਜਿਹੜਾ ਉਹ ਖਿਆਲ ਰੱਖਿਆ ਜਾਏਗਾ 3 ਫੁੱਟ ਦੀ ਤਕਰੀਬਨ ਦੂਰੀ ਤੇ ਜਿਹੜਾ ਉਹ ਸੰਗਤ ਨੂੰ ਬਿਠਾਇਆ ਜਾਂਦਾ ਹੈ ਪਹਿਲਾਂ ਵੀ ਕਰਦੇ ਆਂ ਹਾਂ ਔਰ ਅੱਜ ਤੋਂ ਵੀ ਜਿਹੜਾ ਇਹ ਸਾਡਾ ਤਾਂ ਜਿਸ ਦਿਨ ਤੋਂ ਲੱਗਾ ਉਸ ਦਿਨ ਤੋਂ ਹੀ ਅਸੀਂ ਇਹ ਸੰਗਤ ਦਾ ਜਿਹੜਾ ਪੂਰਾ ਖਿਆਲ ਰੱਖਦੇ ਆਂ ਵੀ ਸੋਸ਼ਲ ਡਿਸਟੈਂਸ ਦਾ ਰੱਖਿਆ ਜਾਵੇ ਔਰ ਸੇਵਾਦਾਰਾਂ ਨੂੰ ਕਿਹਾ ਵੀ ਨਿਮਰਤਾ ਨਾਲ ਉਹਨਾਂ ਨੂੰ ਕਹਿਣਾ ਵੀ ਥੋੜੀ-ਥੋੜੀ ਜਿਵੇਂ ਆਪਦੇ ਪਰਿਵਾਰ ਦੇ ਮੈਂਬਰ ਆਉਂਦੇ ਨੇ ਤੇ ਉਹਨਾਂ ਨੂੰ ਜਿਹੜਾ ਸੋਸ਼ਲ ਡਿਸਟੈਂਸ ਦੇ ਵਿੱਚ ਰੱਖਿਆ ਜਾਵੇ ਜਿੱਦਾਂ ਸੰਗਤ ਨਤਮਸਤਕ ਹੋਣ ਆਂਦੀ ਹੈ ਅਸੀਂ ਜਾਂ ਤੁਸੀਂ ਰੋਗ ਤਾਂ ਸਕਦੇ ਨਹੀਂ ਕਿੰਨੀਕ ਸੰਗਤ ਜਿਹੜੀ ਅੰਦਰ ਮੱਥਾ ਟੇਕ ਸਕਦੀ ਹੈ ਵੇਖੋ ਸੰਗਤ ਅੰਦਰ ਜਿਵੇਂ ਲਗਾਤਾਰ ਹੀ ਉਹ ਚੱਲੇ ਜੇ ਮੰਨ ਲਓ ਜ਼ਿਆਦਾ ਸੰਗਤ ਆਉਂਦੀ ਹੈ ਜਿਵੇਂ ਹੁਣ ਸਾਡੇ ਐਤਵਾਰ ਜਾਂ ਮੱਸਿਆ ਆਉਣੀ ਅੱਗੇ ਤੇ ਉਸ ਦਿਨ ਜ਼ਿਆਦਾ ਸੰਗਤ ਦੀ ਮਿਕਦਾਰ ਹੋਏਗੀ ਤੇ ਉਹ ਜਿਵੇਂ ਜਿਵੇਂ ਸੰਗਤ ਵਧੇਗੀ ਉਵੇਂ ਫਿਰ ਅਸੀਂ ਉਸ ਹਿਸਾਬ ਨਾਲ ਹੀ ਪ੍ਰਬੰਧ ਕਰੀ ਜਾਵਾਂਗੇ ਕਿਉਂਕਿ ਅਸੀਂ ਬਾਸ ਲਾ ਕੇ ਅੱਗੇ ਵੀ ਜਿਵੇਂ ਮੱਸਿਆ ਜਾਦੀ ਹੁੰਦੀ ਲਾਉਣੇ ਹੁਣ ਉਹਦਾ ਥੋੜਾ ਜਿਹਾ ਸੋਸ਼ਲ ਡਿਸਟੈਂਸ ਦਾ ਵੀ ਖਿਆਲ ਰੱਖਿਆ ਜਾਏਗਾ ਔਰ ਜਿਹੜਾ ਇਹ ਅੰਦਰ ਦਾ ਪੂਰਾ ਜਿਹੜਾ ਇਹ ਸੰਗਤ ਦਾ ਪੂਰਾ ਖਿਆਲ ਰੱਖਿਆ ਜਾਏਗਾ ਗੁਰੂ ਘਰ ਕਿੰਨੇ ਵਜੇ ਖੁੱਲੇਗਾ ਕਿੰਨੇ ਵਜੇ ਬੰਦ ਹੋਏਗਾ ਗੁਰੂ ਘਰ ਇਹ ਜਿਹੜਾ ਸਵੇਰੇ ਜਿਹੜੀ ਸਾਡੀ ਗੁਰਦੁਆਰਾ ਸਾਹਿਬ ਦੀ ਮਰਿਆਦਾ ਹੈ ਇਹ ਗੁਰਦੁਆਰਾ ਬੇਰ ਸਾਹਿਬ ਦੀ ਇਹ ਸਵੇਰੇ 2:30 ਵਜੇ ਕਵਾੜ ਖੁੱਲ ਜਾਂਦੇ ਨੇ ਤੇ ਰਾਤ ਨੂੰ ਜਿਹੜਾ 9:30 ਵਜੇ ਜਿਹੜੀ ਉਹ ਸੋਖਾਸਣ ਜਿਹੜੇ ਉਹ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਯਾਨੀ ਕਿ ਜਦੋਂ ਦਾ ਲਾਕਡਾਊਨ ਹੋਇਆ ਪਿਆ ਉਦੋਂ ਦਾ ਜਿਹੜਾ ਗੁਰਦੁਆਰਾ ਲਗਾਤਾਰ ਸੰਗਤ ਲਈ ਖੁੱਲਾ ਪਿਆ ਰੋਜ਼ ਪੂਜਾ ਪਾਠ ਹੋ ਰਹੀ ਹੈ ਰੋਜ਼ satsang ਹੋ ਰਿਹਾ ਹੈ ਜਿਸ ਦਿਨ ਤੋਂ ਇਹ कर्फ्यू ਲੱਗਾ ਹੈ ਉਸ ਦਿਨ ਤੋਂ ਹੀ ਜਿਹੜਾ ਇਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੇ ਜਾਨ ਨੇਤ ਦੀ ਜਿਹੜੀ ਸਾਡੀ ਮਰਿਆਦਾ ਉਹ ਜਿਉਂ ਦੀ ਤਿਉਂ ਹੀ ਜਿਸ ਤਰ੍ਹਾਂ ਪਹਿਲਾਂ ਸੀ ਜਿਸ ਤਰ੍ਹਾਂ ਹੁਣ ਚੱਲੀ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਉਹ ਅਸੀਂ ਉਹਦੀ ਮਰਿਆਦਾ ਜਿਹੜੀ ਹੈ ਗੁਰੂ ਘਰ ਦੀ ਉਹ ਮਰਿਆਦਾ ਬੂਰੀ ਜਿਹੜੀ ਹੈ ਆਪਦੇ ਅਸੀਂ ਜਦੋਂ ਜਿਆਦਾ ਬਾਹਰੋਂ ਸੰਗਤ ਨਹੀਂ ਆਈ ਉਸ ਟਾਈਮ ਜਿਹੜੇ ਸਾਡੇ ਸਾਰੇ ਮੁਲਾਜ਼ਮ ਸੀ 100 150 ਮੁਲਾਜ਼ਮ ਜਿਹੜਾ ਉਹ ਹੀ ਅੰਦਰ ਰਹਿੰਦੇ ਨੇ ਤੇ ਆਪ ਜਿਹੜਾ ਹੈ ਉਹ ਜਾ ਕੇ ਗੁਰੂ ਘਰ ਦੀ ਜਿਹੜੀ ਹੈ ਉਹ ਰੁਟੀਨ ਦੀ ਮਰਿਆਦਾ ਜਾਂ ਨਿਤ ਦੀ ਮਰਿਆਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਜਿਹੜੀ ਸਾਰੀ ਨਿਰੰਤਰ ਜਾਰੀ ਰਹੀ ਬੜਾ ਇਤਿਹਾਸਿਕ ਗੁਰਦੁਆਰਾ ਬਾਹਰੋਂ ਵੀ ਸੰਗਤ ਮੱਥਾ ਟਿਕਣ ਆਂਦੀ ਹੈ ਜੇ ਜਿਹੜੀ ਬਾਰ ਉਹ ਸੰਗਤ ਆਂਦੀ ਹੈ ਉਹਨਾਂ ਦੀ ਜੇ ਉਹਨਾਂ ਨੇ ਇੱਥੇ ਰਹਿਣਾ ਹੋਵੇ ਉਹਨਾਂ ਨੂੰ ਕਿੱਦਾਂ ਰੱਖਿਆ ਜਾਏਗਾ ਉਹਨਾਂ ਲਈ ਵੇਖੋ ਗੁਰੂ ਘਰ ਚ ਸਰਾਵਾਂ ਬਣੀਆਂ ਨੇ ਸਾਡੇ ਕੋਲੇ ਤੇ ਜੇ ਕਿਸੇ ਨੇ ਰਹਿਣਾ ਹੋਵੇ ਤੇ ਉਹਨਾਂ ਨੂੰ ਅਸੀਂ ਕਮਰੇ ਦੇਨੇ ਸਾਡੇ ਕੋਲ ਕਮਰੇ ਹੈ ਸਾਡੇ ਕੋਲ 200 ਲਗਭਗ ਕਮਰਾ ਹੈ ਤੇ ਕਮਰੇ ਦੇ ਵਿੱਚ ਕੋਈ ਲਗ ਚੀਜ਼ਾਂ ਰੱਖੀਆਂ ਹੋਣ ਜਿਦਾ ਸੈਨੀਟਾਈਜ਼ਰ ਹੋ ਗਏ ਮਾਸਕ ਹੋ ਗਏ ਨਹੀਂ ਜਦੋਂ ਕਮਰੇ ਚ ਉਹਨਾਂ ਨੇ ਚਲੇ ਜਾਣਾ ਉਦੋਂ ਤੇ ਮਾਸਕ ਦੀ ਲੋੜ ਨਹੀਂ ਗਈ ਤੇ ਉੱਥੇ ਜਿਹੜਾ ਇਹ ਸਾਬਣ ਹੋਏਗਾ ਸਾਬਣ ਦਾ ਤੇ ਉਹ ਆਪਦਾ ਬਾਕੀ ਜਿਹੜੀ ਸੰਗਤ ਜਿਹੜੀ ਹੋਣੇ ਉਹ ਕਾਫੀ ਅਵੇਅਰਨੈਸ ਹੋ ਚੁੱਕੇ ਨੇ ਹਰੇਕ ਬੰਦੇ ਦੇ ਕੋਲੇ ਹੀ ਆਪਣਾ ਸੈਨੀਟਾਈਜ਼ਰ ਹੈ ਉਹ ਆਪ ਦਾ ਖਿਆਲ ਖੁਦ ਰੱਖਦਾ ਹੈ ਜੇ ਕਮਰੇ ਦੀ ਸੰਗਤ ਰਹੇਗੀ ਤੇ ਉਹਦਾ ਖਿਆਲ ਰੱਖਿਆ ਜਾਏਗਾ ਵੀ ਉਹਨਾਂ ਨੂੰ ਸਾਬਣ ਦਿੱਤਾ ਜਾਵੇ ਉਹਨਾਂ ਦੇ ਕਮਰੇ ਦੀ ਸਫਾਈ ਰੱਖੀ ਜਾਵੇ ਔਰ ਜਦੋਂ ਉਹ ਸੰਗਤ ਜਾਂਦੀ ਹੈ ਤੇ ਉਸੇ ਟਾਈਮ ਹੀ ਜਿਹੜਾ ਸਾਡੇ ਉਹ ਚਾਦਰਾਂ ਜਾਂ ਜੋ ਵੀ ਅੰਦਰ ਦੀ ਚੀਜ਼ ਹੈ ਉਹ ਹੀ ਬਦਲ ਕੇ ਉਹਦਾ ਸੈਨੀਟਾਈਜ਼ਰ ਕਮਰੇ ਨੂੰ ਕਰਾ ਕੇ ਫਿਰ ਦੁਬਾਰਾ ਤਿਆਰ ਕਰਾਂਗੇ ਇਸੀ ਬੀਟਸਾਪ ਗੁਰਦੁਆਰੇ ਦੇ ਚੇਅਰਮੈਨ ਜਰਨੈਲ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਇਹ ਲਗਾਤਾਰ ਜਿਹੜਾ ਗੁਰਦੁਆਰਾ ਹੈ ਆਮ ਜਿਹੜੇ ਸ਼ਰਧਾਲੂ ਹੈਗੇ ਜਿਹੜੇ ਇੱਥੇ ਦੇ ਰਹਿਣ ਵਾਲੇ ਉਹਨਾਂ ਲਈ ਨਿਰੰਤਰ ਖੁੱਲਾ ਪਿਆ ਜਿਹੜੇ ਸ਼ਰਧਾਲੂ ਇੱਥੇ ਆ ਰਹੇ ਆ ਨਤਮਸਤਕ ਹੋ ਰਿਹਾ ਔਰ ਪ੍ਰਭੂ ਪਰਮਾਤਮਾ ਦੇ ਅੱਗੇ ਦੁਆ ਕਰ ਰਿਹਾ ਕਿ ਜਿਹੜੀ ਕਰੋਨਾ ਵਰਗੀ ਭਿਆਨਕ ਬਿਮਾਰੀ ਹੈ ਇੱਥੋਂ ਜਲਦੀ ਤੋਂ ਜਲਦ ਛੁਡਕਾਇਆ ਪਾਰ ਸਕੇ ਕੈਮਰਾਮੈਨ ਪਵੰਦੇਨਾ ਵਿਨੈਕ ਸ਼ਰਮਾ ਦੈਨਿਕ ਸੋਰਾ ਟੀਵੀ ਸੁਲਤਾਨਪੁਰ ਲੋਧੀ